ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਟੀਮ ਵੱਲੋਂ ਦੇਵੀਗੜ੍ਹ ਇਲਾਕੇ ਦੇ ਸਕੂਲਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਕਮਿਸ਼ਨ ਦੇ ਮੈਂਬਰ ਡਾਕਟਰ ਯਸ਼ਪਾਲ ਖੰਨਾ, ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਫਸਰ ਗੁਰਮੀਤ ਸਿੰਘ, ਐਜੂਕੇਸ਼ਨ ਅਫਸਰ ਉਪਕਾਰ ਸਿੰਘ, ਟ੍ਰੈਫਿਕ ਇੰਚਾਰਜ ਨਿਰਮਲ ਸਿੰਘ ਸ਼ਾਮਿਲ ਸਨ। ਸਭ ਤੋਂ ਪਹਿਲਾਂ ਟੀਮ ਸੈਂਟ ਮਾਈਕਲ ਸਕੂਲ ਜੁਲਕਾ ਪਹੁੰਚੀ, ਜਿੱਥੇ ਸਕੂਲ ਪ੍ਰਬੰਧ ਵਿੱਚ ਕਈ ਖਾਮੀਆਂ ਜਿਵੇਂ ਸਕੂਲ ਵਿੱਚ CCTV ਕੈਮਰੇ ਨਾ ਹੋਣਾ ਸਭ ਤੋਂ ਮਾੜੀ ਹਾਲਤ ਟਰਾਂਸਪੋਰਟ ਵਿੱਚ ਪਾਈ ਗਈ। ਜਦਕਿ ਸਕੂਲ ਬੱਸਾਂ ਦੇ ਡਰਾਈਵਰ ਦੇ ਲਾਇਸੈਂਸ ਅਤੇ ਹੋਰ ਕਾਗਜ਼ ਪੱਤਰ ਚੈੱਕ ਕਰਾਉਣ ਲਈ ਕਿਹਾ ਤਾਂ ਡਰਾਈਵਰਾਂ ਦੇ ਲਾਇਸੈਂਸ ਸਹੀ ਨਹੀਂ ਪਾਏ ਗਏ। ਕਈ ਤਾਂ ਕਾਗਜ਼ ਚੈੱਕ ਕਰਾਉਣ ਦੀ ਥਾਂ ਉਹ ਦੌੜ ਗਏ। ਖਾਸ ਗੱਲ ਕਿ ਕਿਸੇ ਵੀ ਡਰਾਈਵਰ ਅਤੇ ਕੰਡਕਟਰ ਨੇ ਨਾ ਤਾਂ ਯੂਨੀਫਾਰਮ ਪਾਈ ਹੋਈ ਸੀ, ਨਾ ਨੇਮ ਪਲੇਟ ਲਗਾਈ ਸੀ ਤੇ ਨਾ ਹੀ ਬੱਸ ਵਿੱਚ CCTV, ਨਾ ਮਹਿਲਾ ਸਟਾਫ, ਨਾ ਉਤਾਰਨ ਲਈ ਕੋਈ ਅਲੱਗ ਤੋਂ ਕੰਡਕਟਰ। ਕਈ ਤਾਂ 18 ਸੀਟਾਂ ਵਾਲੀ ਟੈਂਪੂ ਟਰੈਵਲ ਵਿੱਚ 30-32 ਬੱਚਿਆਂ ਨੂੰ ਲਿਆ ਰਹੇ ਸਨ, ਜੋ ਕਿ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਰੇ ਸਕੂਲਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹਰ ਬੱਸ ਵਿੱਚ CCTV ਲੱਗੇ ਹੋਣ, ਨਾਲ ਹੀ ਇੱਕ ਕੰਡਕਟਰ ਅਤੇ ਇੱਕ ਮਹਿਲਾ ਸਟਾਫ ਵੀ ਹੋਵੇ। ਡਾਕਟਰ ਖੰਨਾ ਨੇ ATV ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਜੇ 10-15 ਦਿਨਾਂ ਵਿੱਚ ਟਰਾਂਸਪੋਰਟ ਦੀਆਂ ਖਾਮੀਆਂ ਨੂੰ ਦੂਰ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਏਗੀ। ਟ੍ਰੈਫਿਕ ਇੰਚਾਰਜ ਵੱਲੋਂ ਸਹੀ ਕਾਗਜ਼ ਪੱਤਰ ਨਾ ਹੋਣ ਵਾਲੀਆਂ ਬੱਸਾਂ ਦੇ ਚਲਾਨ ਵੀ ਕੱਟੇ ਗਏ। ਇਹਨਾਂ ਤੋਂ ਇਲਾਵਾ ਟੀਮ ਨੇ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਛੰਨਾ ਵਿੱਚ ਵੀ ਚੈਕਿੰਗ ਕੀਤੀ, ਜਿੱਥੇ ਸਭ ਕੁਝ ਠੀਕ ਪਾਇਆ ਗਿਆ। ਤੁਸੀਂ ਅੱਜ ਕਿਹੜੇ ਸਕੂਲ ਵਿਖੇ ਕਿਸ ਪਰਪਜ਼ ਵਾਸਤੇ ਆਏ ਔਰ ਕਿਸ ਦੇ ਰਿਕਾਰਡਿੰਗ ਆਏ? ਮੇਰਾ ਨਾਮ ਡਾਕਟਰ ਯਸ਼ਪਾਲ ਖੰਨਾ, ਮੈਂ ਪੰਜਾਬ ਸਟੇਟ ਕਮਿਸ਼ਨ ਮੈਂਬਰ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਹਾਂ। ਲਾਸਟ ਟਾਈਮ ਕੁਝ ਦਿਨ ਪਹਿਲਾਂ ਉਹਦੇ ਇੱਕ ਬੜੀ ਵੱਡੀ ਐਜੀਟੇਸ਼ਨ ਹੋਈ ਹੈ। ਸਾਰੇ ਇਲਾਕੇ ਦੇ ਬੱਚਿਆਂ ਦੇ ਪੇਰੈਂਟਸ ਨੇ ਇੱਕ ਐਜੀਟੇਸ਼ਨ ਕੀਤੀ। ਉਹਨਾਂ ਦੀ ਡਿਮਾਂਡ ਸੀ ਵੀ ਪ੍ਰਾਈਵੇਟ ਸਕੂਲ ਜਿਹੜੇ ਸਨ ਠੱਗ ਰਹੇ। ਉਸ ਕੰਪਲੇਂਟ ਦੇ ਤਹਿਤ ਸਾਨੂੰ ਅੱਜ ਉਰੇ ਆਉਣਾ ਪਿਆ। ਸਾਨੂੰ ਸੈਂਟ ਮਾਈਕਲ ਸਕੂਲ ਦੀ ਇੰਸਪੈਕਸ਼ਨ ਕੀਤੀ, ਜਿਹਦੇ ਵਿੱਚ ਸਾਨੂੰ ਕੁਛ ਤਰੁੱਟੀਆਂ ਪਾਈਆਂ। ਜਿਹੜੀ ਇਹਨਾਂ ਦੀ ਟਰਾਂਸਪੋਰਟ ਹੈ ਬਹੁਤ ਹੀ ਪੂਅਰ ਹੈ। ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਆਪਣੀ ਪਰਸਨਲ ਟਰਾਂਸਪੋਰਟ ਕੋਈ ਨਹੀਂ ਹੈ, ਪ੍ਰਾਈਵੇਟ ਟਰਾਂਸਪੋਰਟ ਹੈ। ਹਮਨੇ ਇਨਕੋ ਪ੍ਰਾਈਵੇਟ ਟਰਾਂਸਪੋਰਟ ਕੋ ਬੁਲਾਨੇ ਕੇ ਲਿਏ ਕਹਾ, ਵੋ ਲੋਗ ਨਹੀਂ ਆਏ। ਜਬ ਵੋ ਥੋੜ੍ਹੀ ਦੇਰ ਕੇ ਬਾਅਦ ਆਏ ਤੋ ਉਨਕੇ ਪਾਸ ਲਾਇਸੈਂਸ ਬਹੁਤ ਆਥੋਰਾਈਜ਼ ਨਹੀਂ ਥੀ, ਤੋ ਉਨਕੋ ਇੰਸਪੈਕਟਰ ਸਾਹਿਬ ਨੇ ਚਲਾਨ ਕਾਟੇ ਔਰ ਉਨਕੋ ਇੰਸਟ੍ਰਕਸ਼ਨ ਦੇ ਦੀ ਕਿ ਹਫ਼ਤਾ 10 ਦਿਨ ਦੇਕਰ ਉਨਕੋ ਅਗਰ ਜੋ ਵੀ ਉਨਕੀ ਫਾਰਮੈਲਿਟੀਜ਼ ਹੈ, ਜੋ ਉਨਕੀ ਪੂਰੀ ਕਰ ਰਹੇ ਵੋ, ਅਗਰ ਨਹੀਂ ਕਰਤੇ ਤੋ ਉਨਕੇ ਚਲਾਨ ਉਨਕੋ ਬਾਊਂਡ ਕੀਆ ਜਾਏ। ਸਰ, ਜਿਵੇਂ ਕਿ ਇੱਕ ਸਰਕਾਰ ਵੱਲੋਂ ਆਰਡਰ ਹੈ ਕਿ ਹਰ ਬੱਸ ਦੇ ਵਿੱਚ CCTV ਕੈਮਰਾ ਔਰ ਨਾਲ ਮੇਲ ਦੇ ਨਾਲ ਫੀਮੇਲ ਜਿਹੜੀ ਆ ਉਹ ਵੀ ਹੋਣਾ ਚਾਹੀਦਾ ਹੈ, ਬਿਲਕੁਲ। ਕੀ ਤੁਸੀਂ ਉਹ ਹਮਨੇ ਇਨ ਡਰਾਈਵਰ ਕੋ ਬੁਲਾਇਆ ਤੋ ਸਭੀ ਲੋਕ ਭਾਗ ਗਏ ਯਹਾਂ ਸੇ, ਇਟ ਮੀਨਸ ਵੋ ਉਨ ਨੋਰਮਸ ਕੋ ਫੁਲਫਿਲ ਨਹੀਂ ਕਰ ਰਹੇ। ਤੋ ਯੇ ਆਪਕੀ ਬਾਤ ਬਿਲਕੁਲ ਕਿ ਹਰੇਕ ਬੱਸ ਮੇ CCTV ਕੈਮਰਾ ਹੋਣਾ ਚਾਹੀਏ, ਲੇਡੀ ਅਟੈਂਡੈਂਟ ਹੋਣੀ ਚਾਹੀਏ, ਯੇ ਬਹੁਤ ਜ਼ਰੂਰੀ ਹੈ। ਅਗਰ ਵੋ ਚੀਜ਼ ਉਸ ਨੋਰਮ ਕੋ ਪੂਰਾ ਨਹੀਂ ਕਰੇਂਗੇ ਤੋ ਸਭ ਕੇ ਚਲਾਨ ਕਾਟ ਕੇ ਸਭ ਕੋ ਬਾਊਂਡ ਕੀਆ ਜਾਏ। ਅਸੀਂ ਮੇਰੇ ਬ੍ਰਦਰ ਗੌਰਮੈਂਟ ਦੀ ਨੋਰਮਸ ਹੈ, ਟਰਾਂਸਪੋਰਟ ਡਿਪਾਰਟਮੈਂਟ ਸਾਡੇ ਨਾਲ ਹੈ, ਐਜੂਕੇਸ਼ਨ ਡਿਪਾਰਟਮੈਂਟ ਸਾਡੇ ਨਾਲ ਹੈ, DCPO's ਆਫਿਸ ਸਾਡੇ ਨਾਲ ਆਫਿਸਰਸ ਆਏ ਹੈਗੇ। ਹਰੇਕ ਟੀਮ ਨੇ ਆਪਣਾ ਵਰਕ ਕਰਨਾ ਹੈ। ਅਗਰ ਕੋਈ ਇਹਨਾਂ ਦੀ ਕੋਈ ਗਲਤੀ ਪਾਈ ਗਈ, ਇਹਨਾਂ ਨੂੰ ਇੰਸਟਰਕਸ਼ਨ ਦੇ ਕੇ ਉਹਨੂੰ ਆਪਾਂ ਇੰਪਰੂਵ ਕਰਾਇਆ ਜਾਏ, ਕਿਉਂਕਿ ਕੱਲ੍ਹ ਨੂੰ ਸਾਡਾ ਜਿਹੜਾ ਸਮਾਜ ਹੈ ਅੱਛਾ ਬਣੇ। ਜਿਹੜੀ ਚੀਜ਼ ਇਹ ਫੋਲੋ ਕਰਨਗੇ ਇਹਨਾਂ ਦੀ ਰਿਸਪੋਂਸੀਬਿਲਟੀ ਬਣ, ਅਗਰ ਇਹ ਫੋਲੋ ਨਹੀਂ ਕਰਨਗੇ ਅਸੀਂ ਗੌਰਮੈਂਟ ਨੂੰ ਲਿਖ ਕੇ ਇਹਨਾਂ ਦੇ ਜੋ ਵੀ ਮਤਲਬ ਪ੍ਰੋਪਰ ਇਹਨਾਂ ਦਾ ਵੇ ਹੈ ਅਸੀਂ ਉਹ ਅਡਾਪਟ ਕਰ। ਦੇਵੀਗੜ੍ਹ ਤੋਂ ਬਲਜਿੰਦਰ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।